ਕੈਨੇਡਾ ਅਮਰੀਕਾ ਵਿੱਚ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਅਰਸ਼ਦੀਪ ਸਿੰਘ ਇਸ ਸਪੈਸ਼ਲ ਸ਼ੋਅ 30 ਮਿੰਟਸ 'ਤੇ ਸਵਾਗਤ ਕਰਦਾ। ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਖਾਸ ਖਾਸ ਹੈਪਨਿੰਗ 'ਤੇ। ਗੁਰਦੁਆਰਾ ਸਿੰਘ ਸਾਹਿਬ ਗਲਿਨ ਰੌਕ ਵੱਲੋਂ ਸਿੱਖ ਗੇਮਸ ਦਾ ਆਯੋਜਨ। ਕਪੂਰਥਲਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਯਾਰਕ ਵੱਲੋਂ ਖੇਡ ਟੂਰਨਾਮੈਂਟ 9 ਅਗਸਤ ਨੂੰ ਹੋਵੇਗਾ। ਸਫਲ ਹੋ ਨਿਬੜਿਆ ਨਾਟੋਮਸ ਤੀਆਂ ਦਾ ਮੇਲਾ, ਵੱਡੀ ਗਿਣਤੀ ਵਿੱਚ ਮੁਟਿਆਰਾਂ ਨੇ ਲਿਆ ਭਾਗ। ਹੁਣ ਜਾਣ ਲੈਂਦੇ ਹਾਂ ਖਬਰਾਂ ਵਿਸਤਾਰ ਨਾਲ। ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਦੇ ਨਾਲ ਗੁਰਦੁਆਰਾ ਸਿੰਘ ਸਾਹਿਬ ਗਲਿਨ ਰੌਕ ਵੱਲੋਂ ਸਿੱਖ ਗੇਮਸ ਦਾ ਆਯੋਜਨ ਕੀਤਾ ਗਿਆ, ਜਿਸ 'ਚ ਹਰ ਵਰਗ ਦੇ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਨੇ ਤੇ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨਾ ਹਰ ਮਾਂ ਪਿਓ ਦਾ ਫਰਜ਼ ਬਣਦਾ ਹੈ। ਇਸੇ ਲਈ ਬੱਚਿਆਂ ਦੇ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਦੇ ਲਈ ਹਰ ਸਾਲ ਨਿਊ ਜਰਸੀ ਵਿਖੇ ਵੱਖ ਵੱਖ ਗੁਰਦੁਆਰਾ ਕਮੇਟੀਆਂ ਦੇ ਵੱਲੋਂ ਸਿੱਖ ਗੇਮਸ ਕਰਵਾਈਆਂ ਜਾਂਦੀਆਂ ਨੇ। ਇਸੇ ਤਹਿਤ 1 ਤੇ 2 ਅਗਸਤ ਨੂੰ ਨਿਊ ਜਰਸੀ ਵਿਖੇ ਗੁਰਦੁਆਰਾ ਸਿੰਘ ਸਭਾ ਗੈਲਨ ਰੌਕ ਵੱਲੋਂ 27ਵੀਆਂ ਸਿੱਖ ਗੇਮਸ ਕਰਵਾਈਆਂ ਗਈਆਂ, ਜਿਸ ਵਿੱਚ ਹਰ ਉਮਰ ਵਰਗ ਦੇ ਬੱਚਿਆਂ ਦੇ ਵਿੱਚ ਬਾਸਕਿਟਬਾਲ, ਵਾਲੀਬਾਲ ਤੇ ਸੌਕਰ ਦੇ ਮੁਕਾਬਲੇ ਕਰਵਾਏ ਗਏ। ਨਿਊ ਜਰਸੀ ਸਿੱਖ ਗੇਮਸ ਹਰ ਸਾਲ ਸਾਰੇ ਗੁਰਦੁਆਰਾ ਕਮੇਟੀਆਂ ਦੇ ਵੱਲੋਂ ਸਾਂਝੇ ਤੌਰ ਤੇ ਕਰਵਾਈਆਂ ਜਾਂਦੀਆਂ ਨੇ, ਪਰ ਮੇਜ਼ਬਾਨੀ ਇੱਕ ਗੁਰਦੁਆਰਾ ਕਰਦਾ ਹੈ, ਜੋ ਕਿ ਇਸ ਵਾਰ ਗੈਲਨ ਰੌਕ ਗੁਰਦੁਆਰੇ ਨੇ ਕੀਤੀ। ਗੁਰਦੁਆਰਾ ਗੈਲਨ ਰੌਕ ਦੀ ਕਮੇਟੀ ਦੇ ਪ੍ਰਧਾਨ ਜਸਜੀਤ ਸਿੰਘ ਹੁੰਦਲ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗੇਮਸ ਦੇ ਨਾਲ ਖੇਡਾਂ ਦੇ ਪ੍ਰਸਾਰ ਦੇ ਨਾਲ ਨਾਲ ਪੰਜਾਬੀ ਕਮਿਊਨਿਟੀ ਦੇ ਵਿੱਚ ਸਾਂਝੀਵਾਲਤਾ ਦਾ ਮੈਸੇਜ ਵੀ ਜਾਂਦਾ ਹੈ। ਸੋ ਇਹ ਫਾਊਂਡੇਸ਼ਨ ਬਣਦੀ ਪਈ ਸਿੱਖਾਂ ਦੇ ਬੱਚਿਆਂ ਵਾਸਤੇ ਵੀ ਗਾਂ ਵੀ ਨਾਲ ਸਿੱਖੀ ਨਾਲ ਜੁੜਨਾ, ਤੇ ਸੈਕੰਡ ਜਿਹੜੀ ਆਪਣੀ ਕਮਿਊਨਿਟੀ ਦੀ ਸਾਂਝੀਵਾਲਤਾ ਹੈ ਨਾ, ਉਹਦਾ ਇੱਕ ਮੈਸੇਜ ਵੀ ਮਿਲਦਾ ਆ। ਜਿਹੜੀ ਸਾਂਝੀਵਾਲਤਾ ਐਜ਼ ਏ ਕਮਿਊਨਿਟੀ ਬਿਯੋਂਡ ਗੁਰਦੁਆਰਾ, ਬਿਯੋਂਡ ਆਪਣੀ ਲੋਕੈਲ, ਆਪਾਂ ਸਾਰੇ ਇੱਕ ਸਾਂਝੀਵਾਲਤਾ ਨਾਨਕ ਨਾਮ ਲੇਵਾ ਦੇ ਨਾਲ ਚੱਲਣਾ। ਇਹਨਾਂ ਗੇਮਸ ਵਿੱਚ ਹੋਰ ਵੀ ਕਈ ਪਤਵੰਤੇ ਸੱਜਣਾਂ, ਬੱਚਿਆਂ ਤੇ ਮਾਪਿਆਂ ਨੇ ਆਪਣੇ ਵਿਚਾਰ ਗਲੋਬਲ ਪੰਜਾਬ ਟੀਵੀ ਰਾਹੀਂ ਸਾਂਝੇ ਕੀਤੇ। ਧਾਰਮਿਕ ਕੰਮ ਤਾਂ ਹਰ ਜਗ੍ਹਾ ਹੋ ਰਿਹਾ ਹੈ, ਪਰ ਇਹ ਜਿਹੜਾ ਖੇਡਾਂ ਦਾ ਪ੍ਰੋਗਰਾਮ ਇੱਕ ਬਹੁਤ ਹੀ ਜ਼ਰੂਰੀ ਚੀਜ਼ ਹੈ, ਬਹੁਤ ਹੀ ਵਿਲੱਖਣ ਚੀਜ਼ ਹੈ, ਖਾਸ ਕਰਕੇ ਅੱਜ ਦੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਕਿ ਸਾਡੇ ਬੱਚੇ ਨਵੀਂ ਜਨਰੇਸ਼ਨ ਨਸ਼ਿਆਂ ਵੱਲ ਨੂੰ ਜਾ ਰਹੀ ਆ। ਅਤੇ ਅੱਜ ਅਸੀਂ ਇੱਥੇ ਬੜੀਆਂ ਗੇਮਾਂ ਖੇਡਣ ਆਏ ਹਾਂ, ਵਾਲੀਬਾਲ, ਸਾਕਰ, ਬਾਸਕਿਟਬਾਲ, ਜਿਨ੍ਹਾਂ ਵਿੱਚ ਸਾਡੇ ਸਾਡੇ ਸਿੱਖ ਯੂਥ ਭਾਗ ਲੈਂਦੇ ਹਨ ਤੇ ਉਹਨਾਂ ਦੀ ਵੀ ਕੌਨਫੀਡੈਂਸ ਵੱਧਦੀ ਹੋਵੇ। ਇਟਸ ਅ ਵੈਰੀ ਗ੍ਰੇਟ ਓਪਰਚੁਨਿਟੀ ਫਾਰ ਯੰਗਸਟਰਸ ਟੂ ਮੀਟ, ਮਿੰਗਲ, ਐਂਡ ਇਨ ਦ ਫਿਊਚਰ ਦੇ ਕੈਨ ਗੈਟ ਟੁਗੇਦਰ ਐਂਡ ਸਰਵ ਦ ਕਮਿਊਨਿਟੀ ਐਜ਼ ਵਨ। ਬਹਰਹਾਲ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਖੇਡਾਂ ਗੁਰਦੁਆਰਾ ਕਮੇਟੀਆਂ ਦੇ ਵੱਲੋਂ ਕਰਵਾਉਣਾ ਇੱਕ ਸ਼ਲਾਘਾਯੋਗ ਕਦਮ ਹੈ, ਜਿਸ ਨਾਲ ਬੱਚਿਆਂ ਨੂੰ ਸਿੱਖੀ ਦੇ ਨਾਲ ਨਾਲ ਖੇਡਾਂ ਦੇ ਨਾਲ ਜੋੜਿਆ ਜਾਂਦਾ ਹੈ। ਲੋੜ ਹੈ ਇਸ ਤਰ੍ਹਾਂ ਦੇ ਖੇਡ ਮੇਲਿਆਂ ਨੂੰ ਹੁੰਗਾਰਾ ਦੇਣ ਦੀ। ਸੋ ਦਰਸ਼ਕੋ, ਇਹ ਸੀ ਸਾਡੀ ਵਿਸ਼ੇਸ਼ ਕਵਰੇਜ ਨਿਊ ਜਰਸੀ ਸਿੱਖ ਗੇਮਸ ਦੀ, ਜਿਹੜੀਆਂ ਕਿ 27ਵੀਆਂ ਗੇਮਾਂ ਜਿਹੜੀਆਂ ਕਰਵਾਈਆਂ ਗਈਆਂ। ਗੁਰਦੁਆਰਾ ਗਲੈਨ ਰੌਕ ਨੇ ਇਸ ਵਾਰੀ ਮੇਜ਼ਬਾਨੀ ਕੀਤੀ ਇਹਨਾਂ ਗੇਮਾਂ ਦੀ, ਔਰ ਸਾਰੀਆਂ ਜਿਹੜੀਆਂ ਨਿਊ ਜਰਸੀ ਦੀਆਂ, ਨਿਊਯਾਰਕ ਦੀਆਂ, ਕਨੈਟੀਕਟ ਦੀਆਂ ਜਿਹੜੀਆਂ ਗੁਰਦੁਆਰਾ ਕਮੇਟੀਆਂ ਸਾਰੀਆਂ ਰਲ ਮਿਲ ਕੇ ਇਸ ਟੂਰਨਾਮੈਂਟ ਨੂੰ ਨੇਪਰੇ ਚਾੜਦੀਆਂ ਨੇ। ਸਾਰਿਆਂ ਵੱਲੋਂ ਬਹੁਤ ਵਧੀਆ ਉਪਰਾਲਾ ਹੈ ਅਤੇ ਉਮੀਦ ਹੈ ਤੁਹਾਨੂੰ ਸਾਡੀ ਇਹ ਕਵਰੇਜ ਪਸੰਦ ਆਈ ਹੋਵੇਗੀ। ਈਮੇਲ ਕਰ ਸਕਦੇ ਹਾਂ ਤੁਸੀਂ ਮੈਨੂੰ pgill@globalpunjabtv.com ਅਤੇ ਨਾਲ ਹੀ ਮੇਰੇ ਨਾਲ ਕੈਮਰੇ 'ਤੇ ਸਾਥ ਦੇ ਰਹੇ ਸੀ ਹਮਾਦ, ਔਰ ਮੈਂ ਤੁਹਾਡਾ ਆਪਣਾ ਗਿਲ ਪ੍ਰਦੀਪ। ਮਿਲਦੇ ਹਾਂ ਕਿਸੇ ਹੋਰ ਈਵੈਂਟ 'ਤੇ, ਕਿਸੇ ਹੋਰ ਕਵਰੇਜ 'ਚ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਲੈ ਕੇ ਪੇਸ਼ ਹੋਵਾਂਗੇ। ਸਿੱਖ ਕੁਲੀਸ਼ਨ ਵੱਲੋਂ ਸੈਕਰਾਮੈਂਟੋ ਡੇ ਮੌਕੇ ਗਰੀਬਾਂ ਅਤੇ ਬੇਘਰਿਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਸਿੱਖ ਕੁਲੀਸ਼ਨ ਵੱਲੋਂ ਇਹ ਸੇਵਾ ਭਰਿਆ ਕਾਰਜ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਕੀਤਾ ਜਾਂਦਾ ਹੈ। ਸਿੱਖ ਕੁਲੀਸ਼ਨ ਵੱਲੋਂ ਸੈਕਰਾਮੈਂਟੋ ਦੇ ਡਾਊਨ ਟਾਊਨ 'ਚ ਸੈਕਰਾਮੈਂਟੋ ਡੇ ਆਫ ਸੇਵਾ ਕੀਤੀ ਗਈ, ਜਿਸ ਵਿੱਚ ਉਹ ਹੋਮਲੈਸ, ਜਿਨ੍ਹਾਂ ਦੇ ਕੋਲ ਨਾ ਤਾਂ ਘਰ ਨਾ ਕਿਸੇ ਆਪਣੀ ਫੈਮਿਲੀ ਦੀ ਹੈਲਪ ਮਿਲਦੀ ਹੈ, ਉਹਨਾਂ ਲੋਕਾਂ ਨੂੰ ਪੀਜ਼ਾ, ਪਾਣੀ ਅਤੇ ਸੌਫਟ ਡਰਿੰਕਸ ਦੀ ਸੇਵਾ ਕੀਤੀ ਗਈ। ਸੈਕਰਾਮੈਂਟੋ ਡੇ ਆਫ ਸੇਵਾ ਇੱਕ ਅਜਿਹੀ ਸੇਵਾ ਹੈ ਜੋ ਹੋਮਲੈਸ ਨੂੰ ਹਰ ਵੀਰਵਾਰ ਨੂੰ ਸੈਕਰਾਮੈਂਟੋ ਵਿਖੇ ਤਕਰੀਬਨ 200 ਤੋਂ 300 ਲੋਕਾਂ ਲਈ ਖਾਣਾ ਤਿਆਰ ਕਰਕੇ ਲਿਆਉਂਦੀ ਹੈ।
ਜਦੋਂ ਇਸ ਸੰਬੰਧੀ ਅਸੀਂ ਹਰਜੀਤ ਕੌਰ ਸਿੱਖ ਕੋਲੀਸ਼ਨ ਦੇ ਕਮਿਊਨਿਟੀ ਡਿਵੈਲਪਮੈਂਟ ਮੈਨੇਜਰ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਸੇਵਾ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਕਰਦੇ ਨੇ ਤਾਂ ਕਿ ਤਕਰੀਬਨ 3 ਸਾਲ ਪਹਿਲਾਂ ਵਿਸਕੌਨਸਨ ਦੇ ਗੁਰੂ ਘਰ ਦੇ ਵਿੱਚ ਹੋਈ ਸ਼ੂਟਿੰਗ ਦੇ ਵਿੱਚ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਸੇਵਾ ਚਲਾਈ ਗਈ ਤਾਂ ਜੋ ਇਸ ਨਾਲ ਆਪਣੀ ਸਿੱਖ ਆਈਡੈਂਟੀ ਦੇ ਨਾਲ ਲੋਕਾਂ ਨੂੰ ਆਪਣੀ ਸਿੱਖੀ ਬਾਰੇ ਅਸੀਂ ਦੱਸ ਸਕੀਏ। ਅਸੀਂ ਹਰ ਇੱਕ ਸਿਟੀ ਵਿੱਚ ਸੇਵਾ ਚਲਾਈ ਹੋਈ ਆ ਤਾਂ ਕਿ ਜਿਹੜੀ ਵਿਸਕੌਨਸਨ ਵਿੱਚ ਸ਼ੂਟਿੰਗ ਹੋਈ ਸੀ 3 ਸਾਲ ਪਹਿਲਾਂ, ਅਸੀਂ ਉਹਨਾਂ ਨਾਲ ਖੜ ਸਕੀਏ ਇਹ ਸ਼ੋਕਾਨੇ ਲਈ ਕਿ ਸਿੱਖ ਕਦੀ ਡਰਦੇ ਨਹੀਂ ਅਤੇ ਅਸੀਂ ਹਰ ਇੱਕ ਚੀਜ਼ ਚੜ੍ਹਦੀ ਕਲਾ ਨਾਲ ਦੇਖੀ ਦੀ ਆ। ਅਸੀਂ ਇੱਥੇ ਹਰ ਥਰਸਡੇ ਅਸੀਂ ਸੇਵਾ ਇੱਥੇ ਕਰਦੇ ਹਾਂ ਇੱਥੇ ਹੋਮਲੈਸ ਲਈ। ਅਸੀਂ ਪੀਜ਼ਾ ਦਾ ਲੰਗਰ ਲਾਈਦਾ ਇੱਥੇ, ਸਾਡਾ ਫੇਸਬੁੱਕ ਪੇਜ ਹੈਗਾ facebook.com/sevaselfless service। ਐਂਡ ਜੇ ਕਿਸੇ ਨੇ ਸਾਡੇ ਸਾਡੇ ਹੈਲਪ ਕਰਨੀ ਮੰਗਦੇ ਹੋ, ਕੋਈ ਡੋਨੇਟ ਕਰਨਾ ਮੰਗਦਾ ਹੋਊਗਾ ਜਾਂ ਵਾਲੰਟੀਅਰ ਕਰਨਾ ਮੰਗਦਾ ਹੋਊਗਾ, ਪਲੀਜ਼ ਸਾਡੇ ਨਾਲ ਉੱਥੇ ਲਿੰਕ ਕਰੋ। ਮੈਨੂੰ ਖੁਸ਼ੀ ਮਿਲਦੀ ਆ ਕਿ ਅਸੀਂ ਸਾਰੇ ਟੀਮ ਆਉਂਦੇ ਹਾਂ ਐਵਰੀ ਥਰਸਡੇ ਹੋਮਲੈਸ ਨੂੰ ਫੂਡ ਡਿਸਟ੍ਰੀਬਿਊਟ ਕਰਨ, ਫੂਡ ਅਸੀਂ ਸਵੇਰ ਨੂੰ ਪ੍ਰਪੇਅਰ ਕਰੀਦਾ ਆ। ਸੈਕਰਾਮੈਂਟੋ ਤੋਂ ਜਗਦੇਵ ਪੰਡਾਲ ਦੀ ਰਿਪੋਰਟ। ਕਲਗੀਧਰ ਸੁਸਾਇਟੀ ਪੜੂ ਸਾਹਿਬ ਵੱਲੋਂ ਲੰਮੇ ਸਮੇਂ ਤੋਂ ਵਿੱਦਿਆ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਕਾਰਜ 'ਚ ਪ੍ਰਵਾਸੀ ਪੰਜਾਬੀਆਂ ਨੂੰ ਯੋਗਦਾਨ ਪਾਉਣ ਦੀ ਅਪੀਲ ਕਰਨ ਵਾਸਤੇ ਇੱਕ ਸੈਮੀਨਾਰ ਕਰਵਾਇਆ ਗਿਆ। ਅਜੋਕੇ ਸਮੇਂ ਵਿੱਚ ਪੰਜਾਬ 5 ਦਰਿਆਵਾਂ ਦੀ ਧਰਤੀ ਦੀ ਤਰ੍ਹਾਂ ਹੁਣ 6 ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਅਤੇ 6ਵਾਂ ਦਰਿਆ ਹੈ ਨਸ਼ਿਆਂ ਦਾ। ਇਸੇ ਲਈ ਲੋੜ ਹੈ ਆਉਣ ਵਾਲੀ ਪੀੜ੍ਹੀ ਨੂੰ ਵਿੱਦਿਆ ਦੇ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਕਰਨ ਦੀ। ਪੰਜਾਬ ਵਿੱਚ ਵਿੱਦਿਆ ਦੇ ਪ੍ਰਸਾਰ ਦੇ ਲਈ ਗੁਰੂ ਕੀ ਕਾਸ਼ੀ ਯੂਨੀਵਰਸਿਟੀ ਬਣਾਉਣ ਦੇ ਲਈ ਕਲਗੀਧਰ ਸੁਸਾਇਟੀ ਬੜੂ ਸਾਹਿਬ ਵਾਲੇ ਯਤਨ ਕਰ ਰਹੇ ਨੇ। ਗੁਰੂ ਕੀ ਕਾਸ਼ੀ ਅਕਾਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਬੜੂ ਸਾਹਿਬ ਵਿੱਚ ਉਸਾਰੀ ਅਧੀਨ ਹੈ, ਜਿਸ ਦੇ ਲਈ ਫੰਡ ਇਕੱਠੇ ਕਰਨ ਦੇ ਲਈ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਫੰਡ ਰੇਜ਼ਿੰਗ ਡਿਨਰਸ ਦਾ ਆਯੋਜਨ ਕੀਤਾ ਗਿਆ, ਜਿਸ ਤਹਿਤ 2 ਅਗਸਤ ਨੂੰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਵੀ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਨੇ ਇੱਕ ਵੀਡੀਓ ਮੈਸੇਜ ਰਾਹੀਂ ਆਈਆਂ ਸੰਗਤਾਂ ਨੂੰ ਆਪਣੀ ਕਮਾਈ ਵਿੱਚੋਂ ਕੁਝ ਹਿੱਸਾ ਵਿੱਦਿਆ ਦੇ ਪ੍ਰਸਾਰ ਲਈ ਪਾਉਣ ਦੇ ਲਈ ਅਪੀਲ ਕੀਤੀ। ਇੱਥੇ ਇਹ ਗੱਲ ਵੀ ਖਾਸ ਹੈ ਕਿ ਗੁਰੂ ਕੀ ਕਾਸ਼ੀ ਦੁਨੀਆ ਦੀ ਪਹਿਲੀ ਯੂਨੀਵਰਸਿਟੀ ਹੋਵੇਗੀ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਟ੍ਰਾਂਸਲੇਟ ਕਰਕੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਪੜ੍ਹਾਇਆ ਜਾਏਗਾ। ਗੁਰੂ ਕੀ ਕਾਸ਼ੀ ਪ੍ਰੋਜੈਕਟ ਗੁਰੂ ਗੋਬਿੰਦ ਸਿੰਘ ਜੀ ਦੇ 4ਵੇਂ ਵਾਕ ਨੂੰ ਪੂਰਾ ਕਰਦੇ ਹੋਏ ਚੱਲ ਰਿਹਾ ਹੈ। ਇਹ ਪ੍ਰੋਜੈਕਟ 500 ਕਰੋੜ ਰੁਪਏ ਦਾ ਹੈ ਜੋ ਕਿ ਸੰਗਤਾਂ ਦੇ ਸਹਿਯੋਗ ਦੇ ਨਾਲ ਨੇਪਰੇ ਚੜ੍ਹਨਾ ਹੈ। ਇੱਕ ਉਹ ਬਿਲਡਿੰਗ ਬਣ ਰਿਹਾ ਜਾ ਰਹੀ ਆ ਜਿਹਦੇ ਨਾਲ ਦੁਨੀਆ ਭਰ ਦਾ ਸਿੱਖ ਆਪਣੇ ਆਪ ਨੂੰ ਆਇਡੈਂਟੀਫਾਈ ਕਰੇਗਾ। ਅਸੀਂ ਮਾਣ ਨਾਲ ਕਹਿ ਸਕਾਂਗੇ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਦਾ ਤਰਜਮਾ ਇੰਨੀਆਂ ਲੈਂਗੁਏਜ 'ਚ ਹੋ ਰਿਹਾ ਕਿ ਸਾਰੇ ਜਗਤ ਦੇ ਵਿੱਚ ਜਿਹੜੀ ਕਿ ਗੁਰੂ ਕਾਸ਼ੀ ਅੱਜ ਬਣ ਰਹੀ ਹੈ, ਹਰ ਸਿੱਖ ਨੂੰ ਚਾਹ ਚੜ੍ਹਦਾ ਵੇ ਜਦੋਂ ਪਤਾ ਚੱਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ 309 ਸਾਲ ਬਾਅਦ ਜਾ ਕੇ ਪੂਰਬਲੇ ਉਚਾਰੇ ਹੋਏ ਬਚਨ ਜਿਹੜੇ ਨੇ ਪੂਰੇ ਹੋ ਰਹੇ ਨੇ, ਸੰਗਤਾਂ ਨੇ ਪ੍ਰੇਮ ਦਿੱਤਾ, ਕਮੇਟੀ ਨੇ ਬੜਾ ਸਹਿਯੋਗ ਦਿੱਤਾ ਵੇ। ਹਾਂਜੀ, ਇਹ ਗੁਰੂ ਕੀ ਕਾਸ਼ੀ ਜੋ ਬਣ ਰਹੀ ਹੈਗੀ ਹੈ, ਇਹ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ 80% ਆਫ ਦਾ ਐਮਫਸਿਸ ਇਜ਼ ਗੋਇੰਗ ਟੂ ਬੀ ਔਨ ਗੁਰੂ ਗ੍ਰੰਥ ਸਾਹਿਬ ਜੀ ਦੀ ਟ੍ਰਾਂਸਲੇਸ਼ਨ। ਟਰਸਟੀ ਬੋਰਡ ਵੱਲੋਂ ਸੰਗਤਾਂ ਦਾ, ਗੁਰੂ ਕੀ ਕਾਸ਼ੀ ਤੋਂ ਆਈ ਹੋਈ ਟੀਮ ਦਾ ਅਤੀ ਧੰਨਵਾਦੀ ਹਾਂ, ਜਿਹੜੇ ਕਿ ਸਿੱਖ ਕੌਮ ਦੇ ਇਸ ਵੱਡੇ ਪ੍ਰੋਜੈਕਟ ਨੂੰ ਆਪਣੀ ਸ਼ਰਧਾ ਮੁਤਾਬਕ, ਸਿੱਖ ਸੰਗਤਾਂ ਦੇ ਮੁਤਾਬਕ ਇਸ ਨੂੰ ਸਿਰੇ ਚੜ੍ਹਾਉਣ ਵਿੱਚ ਕਾਮਯਾਬੀਆਂ ਵੱਲ ਤੁਰ ਰਹੇ ਹਨ। ਬਾਹਰਲੇ ਮੁਲਕਾਂ ਵਿੱਚ ਰਹਿੰਦੇ ਹੋਏ ਪੰਜਾਬੀਆਂ ਦਾ ਇਹ ਫਰਜ਼ ਬਣਦਾ ਹੈ ਕਿ ਜੇ ਕੋਈ ਸੰਸਥਾ ਪੰਜਾਬ ਦੇ ਭਵਿੱਖ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਕੋਈ ਕੰਮ ਕਰਦੀ ਹੈ ਤਾਂ ਉਸ ਸੰਸਥਾ ਦਾ ਤਨੋ ਮਨੋ ਤੇ ਤਨੋ ਸਾਥ ਦੇਣਾ ਚਾਹੀਦਾ ਹੈ। ਐਟਲਾਂਟਾ ਤੋਂ ਗਿਲਪ੍ਰਦੀਪ ਦੇ ਨਾਲ ਅਰਸ਼ਦੀਪ ਸਿੰਘ, ਗਲੋਬਲ ਪੰਜਾਬ TV। ਅਮਰੀਕਾ ਦਾ ਦੂਜਾ ਟਰੱਕ ਸ਼ੋਅ ਫ੍ਰਿਜ਼ਨੋ ਵਿਖੇ ਹੋਣ ਜਾ ਰਿਹਾ। ਇਸ ਸ਼ੋਅ ਬਾਬਤ ਪ੍ਰਬੰਧਕਾਂ ਵੱਲੋਂ ਸ਼ੋਅ 'ਚ ਹਿੱਸਾ ਲੈਣ ਆਏ ਵਪਾਰਕ ਅਦਾਰਿਆਂ ਦੇ ਨੁਮਾਇੰਦਿਆਂ ਨਾਲ ਫ੍ਰਿਜ਼ਨੋ ਵਿੱਚ ਇੱਕ ਮੀਟਿੰਗ ਕੀਤੀ ਗਈ। ਅਮਰੀਕਾ ਅੰਦਰ ਦੂਜਾ ਸਾਲਾਨਾ ਵੈਸਟ ਅਮਰੀਕਨ ਟਰੱਕ ਸ਼ੋਅ ਫ੍ਰਿਜ਼ਨੋ ਵਿਖੇ ਹੋਣ ਜਾ ਰਿਹਾ ਹੈ।
ਜਿਸ ਦੇ ਪ੍ਰਬੰਧਕਾਂ ਨੇ ਹਿੱਸਾ ਲੈਣ ਵਾਲੇ ਵਪਾਰਕ ਅਦਾਰਿਆਂ ਦੇ ਨਾਲ ਫ੍ਰਿਜ਼ਨੋ ਵਿਖੇ ਮੀਟਿੰਗ ਕੀਤੀ, ਜਿਸ ਦੀ ਸ਼ੁਰੂਆਤ ਸਥਾਨਕ ਪ੍ਰਬੰਧਕ ਰਮਨ ਢਿੱਲੋ ਨੇ ਸਭ ਨੂੰ ਜੀ ਆਇਆਂ ਕਹਿਣ ਦੇ ਨਾਲ ਕੀਤੀ। ਇਸ ਉਪਰੰਤ ਜਸ ਸਿੱਧੂ ਨੇ ਪੰਜਾਬੀ, ਅਮੈਰੀਕਨ ਅਤੇ ਮੈਕਸੀਕਨ ਭਾਈਚਾਰੇ ਦੇ ਹਾਜ਼ਰ ਨੁਮਾਇੰਦਿਆਂ ਦੀ ਸੰਖੇਪ ਜਾਣ ਪਛਾਣ ਕਰਵਾਈ। ਸਭ ਹਾਜ਼ਰ ਵਪਾਰੀਆਂ ਨੇ ਇਸ ਸ਼ੋਅ ਨੂੰ ਸਫਲ ਬਣਾਉਣ ਦੇ ਲਈ ਆਪਣੇ ਆਪਣੇ ਵਿਚਾਰਾਂ ਦੀ ਸਾਂਝ ਤੇ ਸੁਝਾਅ ਪੇਸ਼ ਕੀਤੇ। ਇੱਥੇ ਪੋਸਟਰ ਰਿਲੀਜ਼ ਕਰਦੇ ਹੋਏ ਐਲਾਨ ਕੀਤਾ ਗਿਆ ਕਿ ਇਸ ਸਾਲ 26 ਤੇ 27 ਸਤੰਬਰ ਨੂੰ ਫ੍ਰਿਜ਼ਨੋ ਦੇ ਕਨਵੈਨਸ਼ਨ ਸੈਂਟਰ ਦੇ ਵਿੱਚ ਹੋਏਗਾ, ਜਿਸ ਵਿੱਚ ਟਰੈਕਿੰਗ ਵਪਾਰ ਦੇ ਨਾਲ ਸੰਬੰਧਿਤ ਦੁਨੀਆ ਭਰ ਤੋਂ ਵਪਾਰੀ ਆਪਣੇ ਸਮਾਨ ਆਦਿ ਦੀਆਂ ਪ੍ਰਦਰਸ਼ਨੀਆਂ ਲਗਾਉਣਗੇ। ਇਸ ਸਮੇਂ ਦੋਨੋਂ ਦਿਨ ਉੱਚ ਕੋਟੀ ਦੇ ਗਾਇਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। ਇਸ ਸਮੇਂ ਕੈਨੇਡਾ ਤੋਂ ਦਿਲਬਾਗ ਸਿੰਘ ਧਾਲੀਵਾਲ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮੀਟਿੰਗ ਦੇ ਵਿੱਚ ਹਿੱਸਾ ਪਾਇਆ, ਜਦਕਿ ਬਾਕੀ ਬੁਲਾਰਿਆਂ ਵਿੱਚ ਪ੍ਰਮੁੱਖ ਮਨਜੀਤ ਸਿੰਘ, ਫਾਰਮਰ ਇੰਸ਼ੋਰੈਂਸ ਵਾਲੇ ਜਗਦੀਪ ਸਿੰਘ, ਤਾਜ ਰੰਧਾਵਾ, ਪਾਲ ਸਿੰਘ ਸਹੋਤਾ, ਸਨੀ ਬੋਪਰਾਏ, ਭੁਪਿੰਦਰ ਸਿੰਘ, ਗੈਰੀ ਗਰੇਵਾਲ, ਚਾਰਲੀ ਡੇਵਿਸ, ਅਰਨੀ ਲੋਪਿਸ, ਮਾਰੀਓ ਆਦਿ ਨੇ ਹਿੱਸਾ ਲਿਆ। ਇਸ ਮੀਟਿੰਗ ਦਾ ਅੰਤ ਸ਼ਾਨਦਾਰ ਡਿਨਰ ਦੇ ਨਾਲ ਹੋਇਆ। ਤੁਹਾਨੂੰ ਸਾਰੇ ਭਰਾਵਾਂ ਨੂੰ ਸੱਦਾ ਦਿੰਦਾ ਹਾਂ, ਫ੍ਰਿਜ਼ਨੋ ਦੇ ਵਿੱਚ ਟਰੱਕ ਸ਼ੋਅ ਹੋ ਰਿਹਾ ਆ, ਤੁਹਾਡੇ ਪੰਜਾਬੀ ਭਰਾ ਕਰਾ ਰਹੇ ਆ, ਤਾਂ ਤੁਹਾਡੀ ਸਹਿਯੋਗ ਦੇ ਨਾਲ ਇਹ ਹੋਰ ਵਧੀਆ ਫੁਲਫਿਲ ਹੋਊਗਾ। ਵੀ ਆਰ ਪਾਰਟਨਰ ਇਨ ਦੇਸੀ ਮੈਕਸ ਮੀਡੀਆ, ਵਾਟ ਐਵਰ ਦੇ ਟੈਲ ਅਸ ਟੂ ਡੂ, ਵੀ ਹੈਵ ਏ ਟੀਮ ਆਫ 20 ਗਾਈਸ ਬੈਕ ਦੇਅਰ, ਐਂਡ ਵੀ ਮੇਕ ਸ਼ੋਰ ਦੈਟ ਐਵਰੀਥਿੰਗ ਇਜ਼ ਗੈਟ ਇਟ ਡਨ ਟੂ ਮੇਕ ਦਿਸ ਕੰਪਨੀ ਸਕਸੈਸਫੁਲ ਔਰ ਦਿਸ ਸ਼ੋਅ ਏ ਬਿਗ ਸਕਸੈਸ। ਇਟਸ ਜਸਟ ਅਮੇਜ਼ਿੰਗ ਦੈਟ ਹਾਊ ਮਚ ਰਿਸਪੋਂਸ ਐਂਡ ਹਾਊ ਮਚ ਥਿੰਗਸ ਦੈਟ ਵੀ ਆਰ ਗੈਟਿੰਗ ਫਰੋਮ ਆਲ ਓਵਰ ਦਾ ਵਰਲਡ। ਆਈ ਮੀਨ ਵੀ ਜਸਟ ਰਿਸੀਵਡ ਅ ਈਮੇਲ ਦਿਸ ਮਾਰਨਿੰਗ ਫਰੋਮ ਆਸਟ੍ਰੇਲੀਆ ਦੈਟ ਦੇ ਵਾਂਟਡ ਟੂ ਅਟੈਂਡ ਦ ਸ਼ੋਅ। ਅੱਜ ਫ੍ਰਿਜ਼ਨੋ ਦੇ ਵਿੱਚ ਬੈਸਟ ਅਮੈਰੀਕਨ ਟਰੱਕ ਸ਼ੋਅ ਜੋ ਹੋਣ ਜਾ ਰਿਹਾ, ਉਸ ਦੇ ਸੰਬੰਧ ਵਿੱਚ ਪ੍ਰਬੰਧਕਾਂ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਜਾਇਜ਼ਾ ਲਿਆ ਗਿਆ ਪ੍ਰਬੰਧਾਂ ਦਾ। ਮੈਂ ਕਲਵੰਤ ਉੱਬੀ ਤਾਲੀਆਂ ਆਪਣੇ ਸਾਥੀ ਨੀਟਾ ਮਾਛੀਕੇ ਅਤੇ ਕੈਮਰਾਮੈਨ ਕਮਲ ਵਾਸੀ ਦੇ ਨਾਲ ਫ੍ਰਿਜ਼ਨੋ ਤੋਂ ਗਲੋਬਲ ਪੰਜਾਬ ਟੀਵੀ ਲਈ। ਕਪੂਰਥਲਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਯਾਰਕ ਵੱਲੋਂ 9 ਅਗਸਤ ਨੂੰ ਚੌਥਾ ਸਾਲਾਨਾ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ। ਇਹਨਾਂ ਖੇਡਾਂ ਦਾ ਆਯੋਜਨ ਬੈਨਵਰਨ ਹਾਈ ਸਕੂਲ ਵਿੱਚ ਕੀਤਾ ਜਾਵੇਗਾ। ਬਾਹਰਲੇ ਮੁਲਕਾਂ ਵਿੱਚ ਬਣਾਏ ਗਏ ਕਲੱਬਾਂ ਦੇ ਦੁਆਰਾ ਸਮੇਂ ਸਮੇਂ ਤੇ ਕਈ ਤਰ੍ਹਾਂ ਦੇ ਖੇਡ ਤੇ ਸੱਭਿਆਚਾਰਕ ਪ੍ਰੋਗਰਾਮ ਉਲੀਕ ਕੇ ਨਵੀਂ ਪਨੀਰੀ ਨੂੰ ਆਪਣੇ ਵਿਰਸੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਕਪੂਰਥਲਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਯਾਰਕ ਦੇ ਵੱਲੋਂ ਆਉਣ ਵਾਲੀ 9 ਅਗਸਤ ਨੂੰ ਵੈਨ ਬੁਰੇਨ ਹਾਈ ਸਕੂਲ ਦੇ ਵਿਖੇ ਚੌਥਾ ਸਪੋਰਟਸ ਟੂਰਨਾਮੈਂਟ ਕਰਵਾਇਆ ਜਾ ਰਿਹਾ, ਜਿਸ ਦੇ ਵਿੱਚ ਫੁੱਟਬਾਲ, ਬਾਸਕਟਬਾਲ, ਵਾਲੀਬਾਲ, ਬੱਚਿਆਂ ਦੀਆਂ ਦੌੜਾਂ ਅਤੇ ਲੇਡੀਜ਼ ਦੀਆਂ ਗੇਮਾਂ ਕਰਵਾਈਆਂ ਜਾ ਰਹੀਆਂ ਨੇ। ਇਸ ਟੂਰਨਾਮੈਂਟ ਵਿੱਚ ਐਂਟਰੀ ਫ੍ਰੀ ਹੋਵੇਗੀ ਅਤੇ ਸਾਰਾ ਦਿਨ ਫ੍ਰੀ ਫੂਡ ਹੋਵੇਗੀ। ਪ੍ਰੈਜ਼ੀਡੈਂਟ ਜਗਤਾਰ ਸਿੰਘ ਕਾਰੀ ਅਤੇ ਹੋਰ ਕਈ ਕਲੱਬ ਮੈਂਬਰਾਂ ਨੇ 9 ਅਗਸਤ ਨੂੰ ਹੋਣ ਵਾਲੇ ਟੂਰਨਾਮੈਂਟ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਵੀ ਕੀਤੀ। ਅਸੀਂ ਸਭ ਤੋਂ ਪਹਿਲਾਂ ਇਹ ਕੀਤਾ ਹੈਗਾ ਕਿ ਅਸੀਂ ਕੋਈ ਐਂਟਰੀ ਫੀਸ ਨਹੀਂ ਲੈਂਦੇ ਕਿਸੇ ਪਲੇਅਰ ਕੋਲੋਂ ਵੀ, ਅਤੇ ਬੱਚਿਆਂ ਨੂੰ ਸਪੋਰਟਸ ਨਾਲ ਜੋੜਨ ਦਾ ਇੱਕ ਸਾਡਾ ਉਪਰਾਲਾ ਹੈਗਾ। ਵੱਧ ਤੋਂ ਵੱਧ ਬੱਚਿਆਂ ਨੂੰ ਲੈ ਕੇ ਆਓ, ਆ ਕੇ ਆਨੰਦ ਮਾਣੋ ਸਰ ਇਸ ਟੂਰਨਾਮੈਂਟ ਦਾ। ਅਤੇ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ ਬੱਚਿਆਂ ਨੂੰ ਗੇਮਾਂ ਨਾਲ ਜੋੜਨ ਦਾ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਪੇਰੈਂਟਸ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਓ। ਰਜਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਹਰ ਤਰ੍ਹਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਅਸੀਂ ਕਪੂਰਥਲਾ ਸਪੋਰਟਸ ਐਂਡ ਕਲਚਰਲ ਕਲੱਬ USA ਵੱਲੋਂ ਆਪਣੀ ਸਾਰੀ ਕਮਿਊਨਿਟੀ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਬੱਚਿਆਂ ਸਮੇਤ, ਪਰਿਵਾਰਾਂ ਸਮੇਤ ਉਸ ਟੂਰਨਾਮੈਂਟ ਦੀ ਰੌਣਕ ਨੂੰ ਵਧਾਓ, ਜੋ ਕਿ 9 ਅਗਸਤ ਦਿਨ ਐਤਵਾਰ ਨੂੰ ਵੈਨ ਬਿਊਰਨ ਹਾਈ ਸਕੂਲ ਦੀ ਗਰਾਊਂਡ ਵਿੱਚ ਹੋ ਰਿਹਾ। ਕਪੂਰਥਲਾ ਸਪੋਰਟਸ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 9 ਤਰੀਕ ਨੂੰ ਜਿਹੜਾ ਸਾਲਾਨਾ ਖੇਡ ਮੇਲਾ ਕਰਵਾਇਆ ਜਾ ਰਿਹਾ, ਉਹ ਜਿਹੜਾ ਉਹਦੀ ਤਿਆਰੀਆਂ ਪੂਰੀਆਂ ਮੁਕੰਮਲ ਹੋ ਗਈਆਂ ਨੇ, ਅਤੇ ਸਾਡੇ ਵੱਲੋਂ ਤੁਹਾਨੂੰ ਬਹੁਤ ਬੇਨਤੀ ਹੈ ਕਿ ਉਹਦੇ ਵਿੱਚ ਸਾਰੇ ਹੁੰਮ ਹੁਮਾ ਕੇ ਪਹੁੰਚੋ। ਲੋੜ ਹੈ ਇਸ ਤਰ੍ਹਾਂ ਦੇ ਟੂਰਨਾਮੈਂਟਾਂ ਦੀ,
ਤਾਂ ਜੋ ਆਉਣ ਵਾਲੀ ਨਵੀਂ ਪਨੀਰੀ ਨੂੰ ਖੇਡਾਂ ਦੇ ਨਾਲ ਜੋੜ ਕੇ ਸਿਹਤਮੰਦ ਤੇ ਨਸ਼ਾ ਰਹਿਤ ਬਣਾਇਆ ਜਾ ਸਕੇ। ਨਿਊਯਾਰਕ ਤੋਂ ਗਿੱਲ ਪ੍ਰਦੀਪ ਦੇ ਨਾਲ ਅਰਸ਼ਦੀਪ, ਗਲੋਬਲ ਪੰਜਾਬ ਟੀਵੀ। 30 ਮਿੰਟ 'ਚ ਅਸੀਂ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਲਈ, ਤੁਸੀਂ ਕਿਤੇ ਨਾ ਜਾਣਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਰੁੱਖ ਕਰ ਲੈਂਦੇ ਹਾਂ ਕੁਝ ਹੋਰ ਖਬਰਾਂ ਵੱਲ। ਗੁਰਦੁਆਰਾ ਕਲਚਰਲ ਸੁਸਾਇਟੀ ਰਿਚਮੌਂਟ ਹਿੱਲ ਤੇ ਸ਼ਹੀਦ ਊਧਮ ਸਿੰਘ ਸਭਾ ਦੇ ਸਾਂਝੇ ਉਪਰਾਲੇ ਨਾਲ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਸਮਾਗਮ ਦੌਰਾਨ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਊਧਮ ਸਿੰਘ ਦਾ ਸ਼ਹੀਦੀ ਦਿਹਾੜਾ 31 ਜੁਲਾਈ ਨੂੰ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਉਸ ਦੀ ਸੋਚ ਤੇ ਸ਼ਖਸੀਅਤ ਨੂੰ ਯਾਦ ਕਰਕੇ ਮਨਾਇਆ ਗਿਆ। ਇਸੇ ਤਹਿਤ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੌਂਟ ਹਿੱਲ ਨਿਊਯਾਰਕ ਵਿਖੇ ਸ਼ਹੀਦ ਊਧਮ ਸਿੰਘ ਸਭਾ ਆਫ ਨਿਊਯਾਰਕ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਉਸ ਦੀ ਯਾਦ ਨੂੰ ਤਾਜ਼ਾ ਕਰਕੇ ਮਨਾਇਆ ਗਿਆ। ਇਸ ਮੌਕੇ 'ਤੇ ਪੰਥ ਪ੍ਰਸਿੱਧ ਢਾਡੀ ਜਥਿਆਂ ਨੇ ਢਾਡੀ ਕਲਾਂ ਦੇ ਰਾਹੀਂ ਇਸ ਮਹਾਨ ਯੋਧੇ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ਼ਹੀਦ ਊਧਮ ਸਿੰਘ ਸਭਾ ਆਫ ਨਿਊਯਾਰਕ ਦੇ ਪ੍ਰੈਜ਼ੀਡੈਂਟ ਜਸਵੰਤ ਸਿੰਘ ਜੱਸਾ ਤੇ ਹੋਰ ਕਈ ਅਹੁਦੇਦਾਰਾਂ ਨੇ ਗਲੋਬਲ ਪੰਜਾਬ ਟੀਵੀ ਦੇ ਰਾਹੀਂ ਆਪਣੇ ਵਿਚਾਰ ਊਧਮ ਸਿੰਘ ਦੀ ਇਸ ਸ਼ਹੀਦੀ ਦਿਹਾੜੇ ਦੇ ਬਾਰੇ ਸਾਂਝੇ ਕੀਤੇ। ਸਾਰਾ ਪ੍ਰੋਗਰਾਮ ਜਿਹੜਾ ਵਾ ਸ਼ਹੀਦ ਊਧਮ ਸਿੰਘ ਸਭਾ ਵੱਲੋਂ ਢਾਡੀਆਂ ਦਾ ਕਥਾਵਾਚਕ ਕੀਰਤਨੀ ਹੈ ਜਿਹੜੇ ਆ ਉਹਨਾਂ ਦਾ ਪ੍ਰੋਗਰਾਮ ਸ਼ਹੀਦ ਊਧਮ ਸਿੰਘ ਦੀ ਯਾਦ ਦੇ ਵਿੱਚ ਅੱਜ ਸਾਰਾ ਦਿਨ ਦਾ ਪ੍ਰੋਗਰਾਮ ਸ਼ਹੀਦ ਊਧਮ ਸਿੰਘ ਸਭਾ ਆਫ ਨਿਊਯਾਰਕ ਵੱਲੋਂ ਮਨਾਇਆ ਜਾ ਰਿਹਾ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਸ਼ਹੀਦ ਊਧਮ ਸਿੰਘ ਇੱਕ ਇਹੋ ਜਿਹਾ ਸੂਰਮਾ, ਇੱਕ ਇਹੋ ਜਿਹਾ ਕਰੈਕਟਰ ਹੋਇਆ ਸਿੱਖ ਕੌਮ ਵਿੱਚ ਜਿਸ ਨੇ ਇਨਸਾਨੀਅਤ ਦਾ ਕਤਲ ਹੁੰਦਾ ਦੇਖ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੇ ਰਾਹ ਨੂੰ ਅਖਤਿਆਰ ਕਰਕੇ ਇਹ ਪਰਮ ਪਦਵੀ ਪਾਈ ਹੈ। ਅਸੀਂ ਆਪਣੇ ਆਪ ਨੂੰ ਵਡਭਾਗੀ ਸਮਝਦੇ ਹਾਂ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਕਿ ਅੱਜ ਸਮਾਂ ਜਿਹੜਾ ਹੈ ਇਸ ਗੱਲ ਦੀ ਮੰਗ ਕਰਦਾ ਜਿੱਥੇ ਅਸੀਂ ਸਿੱਖ ਇਤਿਹਾਸ ਨੂੰ, ਸਿੱਖੀ ਨੂੰ ਯਾਦ ਕਰਨਾ ਹੈ, ਸਿੱਖੀ ਨੂੰ ਦੇ ਉੱਤੇ ਪਹਿਰਾ ਦੇਣਾ ਹੈ, ਉੱਥੇ ਸਾਡੇ ਸ਼ਹੀਦਾਂ ਨੂੰ ਵੀ ਵਾਰ ਵਾਰ ਪ੍ਰਣਾਮ ਕਰਨਾ, ਉਹਨਾਂ ਦੀ ਦਿੱਤੀ ਹੋਈ ਕੁਰਬਾਨੀ ਨੂੰ ਭੁੱਲਣਾ ਨਹੀਂ ਚਾਹੀਦਾ। ਸਾਰੇ ਬੁਲਾਰੇ ਸ਼ਹੀਦ ਊਧਮ ਸਿੰਘ ਜੀ ਦਾ ਨਾਮ ਲੈ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਵਾਹਿਗੁਰੂ ਕਰੇ ਕਿ ਇਹ ਸ਼ਹੀਦ ਊਧਮ ਸਿੰਘ ਸਭਾ ਚੜ੍ਹਦੀ ਕਲਾ 'ਚ ਰਹੇ। ਇਸ ਤਰ੍ਹਾਂ ਸਾਡੇ ਸਿੱਖ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਤਾਂ ਜੋ ਆਉਣ ਵਾਲੀ ਪਨੀਰੀ ਨੂੰ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਸਾਡੇ ਸੂਰਬੀਰ ਯੋਧਿਆਂ ਨੇ ਆਪਣਾ ਆਪਾ ਵਾਰ ਕੇ ਭਾਰਤ ਦੀ ਆਜ਼ਾਦੀ ਲਈ ਸ਼ਹੀਦੀ ਦਾ ਜਾਮ ਪੀਤਾ। ਲੋੜ ਹੈ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਤਾਂ ਜੋ ਸਿੱਖਾਂ ਦੇ ਇਤਿਹਾਸ ਨੂੰ ਜਿਉਂਦਾ ਰੱਖਿਆ ਜਾ ਸਕੇ। ਨਿਊਯਾਰਕ ਤੋਂ ਗਿੱਲ ਪ੍ਰਦੀਪ ਦੇ ਨਾਲ ਅਰਸ਼ਦੀਪ, ਗਲੋਬਲ ਪੰਜਾਬ ਟੀਵੀ। ਸਿੱਖ ਸਪੋਰਟਸ ਐਸੋਸੀਏਸ਼ਨ ਵੱਲੋਂ ਸਾਲਾਨਾ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਇਹਨਾਂ ਖੇਡਾਂ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਸਾਰੀਆਂ ਸਮਾਜਿਕ, ਧਾਰਮਿਕ ਅਤੇ ਖੇਡ ਸੰਸਥਾਵਾਂ ਵੱਧ ਚੜ੍ਹ ਕੇ ਭਾਗ ਲੈਂਦੀਆਂ ਹਨ। ਸਿੱਖ ਸਪੋਰਟਸ ਐਸੋਸੀਏਸ਼ਨ ਵੱਲੋਂ ਆਪਣੀਆਂ 9ਵੀਆਂ 2 ਦਿਨਾਂ ਸਾਲਾਨਾ ਖੇਡਾਂ ਬੀਤੇ ਦਿਨੀ ਯੂਨੀਅਨ ਸਿਟੀ ਦੇ ਲੋਗਨ ਹਾਈ ਸਕੂਲ ਵਿਖੇ ਆਯੋਜਿਤ ਕੀਤੀਆਂ ਗਈਆਂ। ਕੈਲੀਫੋਰਨੀਆ ਦੇ ਇਸ ਖੇਡ ਮੇਲੇ ਦਾ ਸਭ ਤੋਂ ਵੱਧ ਮਹੱਤਵ ਇਸ ਗੱਲ ਕਰਕੇ ਹੈ ਕਿ ਇਸ ਨੂੰ ਸਾਰਿਆਂ ਨੂੰ ਸਮਾਜਿਕ, ਧਾਰਮਿਕ ਅਤੇ ਖੇਡ ਸੰਸਥਾਵਾਂ ਆਪਣਾ ਸਹਿਯੋਗ ਦੇਣ ਦੇ ਵਿੱਚ ਮਾਣ ਮਹਿਸੂਸ ਕਰਦੀਆਂ ਨੇ, ਕਿਉਂਕਿ ਇਸ ਖੇਡ ਮੇਲੇ ਦਾ ਇੱਕੋ ਇੱਕ ਮੁੱਖ ਮਕਸਦ ਕੈਲੀਫੋਰਨੀਆ ਦੀ ਨਵੀਂ ਪੰਜਾਬੀ ਪੀੜ੍ਹੀ ਨੂੰ ਵਿਰਸੇ, ਵਿਰਾਸਤ ਤੇ ਖੇਡਾਂ ਦੇ ਨਾਲ ਜੋੜਨਾ ਤੇ ਨਸ਼ਿਆਂ ਤੇ ਹੋਰ ਕੁਰੀਤੀਆਂ ਤੋਂ ਦੂਰ ਰੱਖਣਾ ਹੈ। ਇਸ ਖੇਡ ਮੇਲੇ ਵਿੱਚ ਤਕਰੀਬਨ ਸਾਰੀਆਂ ਹੀ ਖੇਡਾਂ ਨੂੰ, ਜਿਸ ਵਿੱਚ ਹਾਕੀ, ਸੌਕਰ, ਵਾਲੀਬਾਲ, ਪੰਜਾਬੀਆਂ ਦੀ ਹਰਮਨ ਪਿਆਰੀ ਮਾਂ ਖੇਡ ਕਬੱਡੀ ਤੇ ਦਿਲਚਸਪ ਮੁਕਾਬਲੇ ਕਰਵਾਏ ਗਏ,
ਸਿੱਖ ਸਪੋਰਟਸ ਐਸੋਸੀਏਸ਼ਨ ਦੇ ਮੁਖੀ ਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਅਸੀਂ ਆਪਣੇ ਇਸ ਯਤਨ ਨੂੰ ਨਿਰੰਤਰ ਜਾਰੀ ਰੱਖਾਂਗੇ। ਉੱਥੇ ਰੇਡੀਓ ਚੜ੍ਹਦੀ ਕਲਾ ਦੇ ਗੁਰਚਰਨ ਸਿੰਘ ਮਾਨ, ਲਖਵੀਰ ਸਿੰਘ ਪਟਵਾਰੀ, ਰਾਣਾ ਕਾਲੋ ਤੇ ਇਕਬਾਲ ਗਾਖਲ ਨੇ ਵੀ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਇਹਨਾਂ ਖੇਡਾਂ ਦੇ ਨਾਲ ਸਮੁੱਚਾ ਪੰਜਾਬੀ ਭਾਈਚਾਰਾ ਇਕਜੁੱਟ ਹੋ ਕੇ ਜੁੜਿਆ ਹੋਇਆ ਹੈ। ਇਹ ਮੇਰਾ ਖਿਆਲ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ, ਪਿਛਲੇ 9 ਸਾਲ ਤੋਂ ਕੰਟੀਨਿਊਸ ਮੇਲੇ ਕਰਾ ਰਹੇ ਆ ਤੇ ਸਾਨੂੰ ਚਾਹੀਦਾ ਸਾਰੀ ਕਮਿਊਨਿਟੀ ਨੂੰ ਇਹਨਾਂ ਦਾ ਰਲ ਕੇ ਸਪੋਰਟ ਦਈਏ। ਇਹਨਾਂ ਖੇਡਾਂ ਦੀ ਸਪੈਸ਼ਲਟੀ ਇਹ ਆ ਕਿ ਅਸੀਂ ਛੋਟੀ ਪਨੀਰੀ ਜੋ ਛੋਟੇ ਬੱਚੇ ਹਨ ਉਹਨਾਂ ਨੂੰ ਖਿਡਾਉਂਦੇ ਹਾਂ, ਉਹਨਾਂ ਨੂੰ ਪ੍ਰਮੋਟ ਕਰਦੇ ਹਾਂ, ਉਹਨਾਂ ਨੂੰ ਉਤਸ਼ਾਹ ਕਰਦੇ ਹਾਂ ਕਿ ਉਹ ਵੱਡੇ ਹੋ ਕੇ ਚੰਗੇ ਖਿਡਾਰੀ ਬਣਨ। ਸੱਚੀ ਸਪੋਰਟਸਮੈਨਸ਼ਿਪ ਦੇ ਨਾਲ ਕਰਵਾਈਆਂ ਗਈਆਂ ਇਹਨਾਂ ਖੇਡਾਂ ਦੇ ਵਿੱਚ ਐਸੋਸੀਏਸ਼ਨ ਵੱਲੋਂ ਵਧੀਆ ਟਰਾਫੀਆਂ ਵੀ ਦਿੱਤੀਆਂ ਗਈਆਂ ਅਤੇ ਖਿਡਾਰੀਆਂ ਦੀ ਹੱਲਾਸ਼ੇਰੀ ਲਈ ਨਕਦ ਰਾਸ਼ੀ ਵੀ ਇਨਾਮ ਵਜੋਂ ਭੇਟ ਕੀਤੀ ਗਈ। ਯੂਨੀਅਨ ਸਿਟੀ ਕੈਲੀਫੋਰਨੀਆ ਤੋਂ ਐਸ ਅਸ਼ੋਕ ਪੌਰਾ ਦੀ ਵਿਸ਼ੇਸ਼ ਰਿਪੋਰਟ। ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਵਿਖੇ ਲਗਾਇਆ ਗਿਆ ਗੁਰਮਤ ਕੈਂਪ ਸਮਾਪਤ ਹੋ ਗਿਆ। ਇਸ ਗੁਰਮਤ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ ਗੁਰਦੁਆਰਾ ਕਮੇਟੀ ਵੱਲੋਂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਬਾਹਰਲੇ ਮੁਲਕਾਂ 'ਚ ਮਾਪਿਆਂ ਨੂੰ ਹਮੇਸ਼ਾ ਹੀ ਇਸ ਗੱਲ ਦੀ ਫਿਕਰ ਰਹਿੰਦੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਗੁਰਮਤ ਦੇ ਨਾਲ ਕਿਵੇਂ ਜੋੜਿਆ ਜਾ ਸਕੇ। ਉਹਨਾਂ ਦੀ ਇਸ ਫਿਕਰ ਨੂੰ ਕਾਫ਼ੀ ਹੱਦ ਤੱਕ ਗੁਰਦੁਆਰਾ ਕਮੇਟੀਆਂ ਦੇ ਵੱਲੋਂ ਲਗਾਏ ਜਾਂਦੇ ਗੁਰਮਤ ਕੈਂਪ ਘੱਟ ਕਰ ਦਿੰਦੇ ਨੇ। ਗਰਮੀ ਦੀਆਂ ਛੁੱਟੀਆਂ ਦੇ ਵਿੱਚ ਗੁਰਮਤ ਕੈਂਪ ਲਗਾ ਕੇ ਬੱਚਿਆਂ ਨੂੰ ਸਿੱਖੀ ਸਿਧਾਂਤਾਂ ਦੇ ਨਾਲ ਜੋੜਿਆ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ ਜੁਲਾਈ ਦੇ ਮਹੀਨੇ ਵਿੱਚ ਗੁਰਮਤ ਕੈਂਪ ਲਗਾਏ ਜਾਂਦੇ ਨੇ। ਇਸ ਦੇ ਤਹਿਤ ਗੁਰਦੁਆਰਾ ਬਾਬਾ ਮੱਖਣ ਸਾਹਿਬ ਲੁਬਾਣਾ ਵਿਖੇ ਵੀ ਗੁਰਮਤ ਕੈਂਪ ਲਗਾਇਆ ਗਿਆ, ਜਿਸ ਦੀ ਸਮਾਪਤੀ ਸਮਾਰੋਹ ਦੇ ਵਿੱਚ ਬੱਚਿਆਂ ਨੂੰ ਸਨਮਾਨਿਤ ਕਰਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮਹੀਨੇ ਤੱਕ ਚੱਲੀਆਂ ਗੁਰਮਤ ਕਲਾਸਾਂ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ, ਪੰਜਾਬੀ ਬੋਲੀ, ਕੀਰਤਨ, ਗੱਤਕਾ ਤੇ ਗੁਰਮੁਖ ਇਤਿਹਾਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਬੱਚਿਆਂ ਵਿੱਚ ਵੀ ਇਸ ਗੁਰਮਤ ਕੈਂਪ 'ਚ ਸ਼ਾਮਿਲ ਹੋ ਕੇ ਕਾਫ਼ੀ ਖੁਸ਼ੀ ਪਾਈ ਗਈ। ਇਸ ਕੈਂਪ ਵਿੱਚ ਮੈਨੂੰ ਬਹੁਤ ਚੰਗਾ ਲੱਗਿਆ ਕਿਉਂਕਿ ਅਸੀਂ ਇੱਥੇ ਕੀਰਤਨ ਸਿੱਖਿਆ ਅਤੇ ਗੱਤਕਾ ਅਤੇ ਮੈਂ ਜਿਹੜੀ ਮੈਂ ਕਲਾਸ ਵਿੱਚ ਹੈ ਮੈਂ ਉੱਥੇ ਜਿਹੜੇ ਅਰਥ ਸਿੱਖੇ ਜਿਹੜੇ ਸੋਹਿਲਾ ਸਾਹਿਬ ਜੀ ਦੇ ਉੱਥੇ ਸਿੱਖੇ, ਜਿਵੇਂ ਪਹਿਲਾਂ ਗੁਰਬਾਣੀ ਪਹਿਲਾਂ ਪੜ੍ਹ ਕੇ ਬਸ ਪੜ੍ਹ ਲਿਆ ਅਤੇ ਹੁਣ ਸਮਝ ਲੱਗਦੀ ਕਿ ਗੁਰੂ ਜੀ ਦੇ ਹੁਕਮ ਕੀ ਹੈਗੇ। ਮੈਂ ਇੱਥੇ ਵਲੰਟੀਅਰ ਕਰਦੀ ਹਾਂ ਅਤੇ ਮੈਂ ਜਿਹੜੇ ਮੇਰੇ ਕਲਾਸ ਦੇ ਬੱਚੇ ਸੀ ਸਭ ਤੋਂ ਛੋਟੇ, ਉਹਨਾਂ ਨੇ ਜਿੰਨਾ ਦਿਖਾਇਆ ਇੰਪਰੂਵਮੈਂਟ ਅਤੇ ਉਹਨਾਂ ਨੂੰ ਇੰਨਾ ਸ਼ੌਂਕ ਸੀ ਸਿੱਖਣ ਦਾ, ਮੈਂ ਚਾਹੁੰਦੀ ਹਾਂ ਕਿ ਇਸ ਇੱਦਾਂ ਹਰ ਸਾਲ ਕੈਂਪ ਲੱਗੇ। ਇਸ ਸਾਲ ਮੈਂ ਗੁਰਮਤ ਕੈਂਪ ਲਾਉਂਦੀ ਹਾਂ ਅਤੇ ਮੈਂ ਸਿੱਖਿਆ ਹਿਸਟਰੀ ਅਤੇ ਸ਼ਹੀਦੀ ਬਾਰੇ। ਨਾਲ ਮੈਂ ਇਸ ਕੈਂਪ 'ਚ ਅਸੀਂ ਡਿਸਿਪਲਿਨ ਸਿੱਖਿਆ ਅਤੇ ਅਸੀਂ ਟੂਰ ਵਿੱਚ ਕੇ ਅਸੀਂ ਸਿੱਖ ਸਕਦੇ। ਗੁਰਦੁਆਰਾ ਕਮੇਟੀ ਨੇ ਬੱਚਿਆਂ ਨੂੰ ਸਰਟੀਫਿਕੇਟਸ ਤੇ ਮੈਡਲ ਦਿੱਤੇ ਤਾਂ ਕਿ ਬੱਚਿਆਂ ਨੂੰ ਇਹ ਗੁਰਮਤ ਕੈਂਪ ਹਮੇਸ਼ਾ ਯਾਦ ਰਹਿਣ। ਗੁਰੂ ਘਰ ਦੀ ਕਮੇਟੀ ਦੇ ਮੁੱਖ ਸੇਵਾਦਾਰ ਹਿੰਮਤ ਸਿੰਘ ਹੋਣਾ ਨੇ ਕਿਹਾ ਕਿ ਬੱਚਿਆਂ ਨੇ ਇਸ ਕੈਂਪ ਵਿੱਚ ਸ਼ਾਮਿਲ ਹੋ ਕੇ ਬਹੁਤ ਕੁਝ ਸਿੱਖਿਆ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਗੁਰਬਾਣੀ ਨਾਲ ਜੁੜਨ ਔਰ ਬੱਚਿਆਂ ਦੇ ਪੇਰੈਂਟਸ ਨੂੰ ਖਾਸ ਕਰਕੇ ਮੈਂ ਵਧਾਈ ਵੀ ਦਿੰਦਾ ਕਿ ਜਿਨ੍ਹਾਂ ਨੇ ਬਹੁਤ ਉਪਰਾਲਾ ਕੀਤਾ ਕਿ ਇੱਥੇ ਰੋਜ਼ ਲੈ ਕੇ ਆਉਂਦੇ ਸੀ ਔਰ ਰੋਜ਼ ਉਹਨਾਂ ਦੇ ਕੋਲ ਬੈਠਦੇ ਸੀ, ਉਹਨਾਂ ਵੀ ਬਹੁਤ ਕੁਝ ਮੈਂ ਕਹਿੰਦਾ ਨਾਲ ਸਿੱਖਿਆ, ਆਪਣਾ ਜੋ ਟਾਈਮ ਹੈ ਗੁਰੂ ਦੇ ਲੇਖੇ ਲਾਇਆ। ਅੱਜ ਦੇ ਸਮੇਂ ਵਿੱਚ ਲੋੜ ਹੈ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਤਰ੍ਹਾਂ ਦੇ ਗੁਰਮਤ ਕੈਂਪ ਵਿੱਚ ਲਿਆਉਣ ਦੀ, ਤਾਂ ਜੋ ਪ੍ਰਦੇਸ਼ਾਂ ਦੇ ਵਿੱਚ ਰਹਿੰਦੇ ਹੋਏ ਆਪਣੀ ਬੋਲੀ ਤੇ ਆਪਣੇ ਧਰਮ ਦੇ ਨਾਲ ਬੱਚਿਆਂ ਨੂੰ ਜੋੜਿਆ ਜਾ ਸਕੇ। ਇਸ ਤਰ੍ਹਾਂ ਦੇ ਉਪਰਾਲਿਆਂ ਦੇ ਨਾਲ ਹੀ ਭਵਿੱਖ ਵਿੱਚ ਪੰਜਾਬੀਅਤ ਬਾਹਰਲੇ ਮੁਲਕਾਂ ਦੇ ਵਿੱਚ ਬਚ ਸਕਦੀ ਹੈ। ਨਿਊਯਾਰਕ ਤੋਂ ਗਿਲ ਪ੍ਰਦੀਪ ਦੇ ਨਾਲ ਅਰਸ਼ਦੀਪ ਸਿੰਘ, ਗਲੋਬਲ ਪੰਜਾਬ ਟੀਵੀ। ਪੰਜਾਬੀ ਐਸੋਸੀਏਸ਼ਨ ਹਸਤਾ ਪੰਜਾਬ ਵੱਲੋਂ ਪਿਛਲੀ ਦਿਨੀ ਕਰਵਾਏ ਗਏ ਤੀਆਂ ਦੇ ਮੇਲੇ ਉੱਤੇ ਖੂਬ ਰੌਣਕਾਂ ਲੱਗੀਆਂ। ਇਸ ਤੀਆਂ ਦੇ ਮੇਲੇ ਦੌਰਾਨ ਪੰਜਾਬੀ ਸੱਭਿਆਚਾਰ ਦਾ ਨਜ਼ਾਰਾ ਵੇਖਣ ਯੋਗ ਸੀ। ਪੰਜਾਬੀ ਐਸੋਸੀਏਸ਼ਨ ਹਸਤਾ ਪੰਜਾਬ ਵੱਲੋਂ ਪਿਛਲੇ ਦਿਨੀ ਕਰਵਾਏ ਗਏ ਤੀਆਂ ਦੇ ਮੇਲੇ ਨੇ ਖੂਬ ਰੌਣਕਾਂ ਲਾਈਆਂ। ਡੈਲਸ ਦੇ ਪਲੈਨੋ ਸਿਵਲ ਸੈਂਟਰ ਦੇ ਹਾਲ ਵਿੱਚ
ਪੇਂਡੂ ਸੱਭਿਆਚਾਰ ਦਾ ਨਜ਼ਾਰਾ ਵੇਖਣ ਵਾਲਾ ਸੀ, ਜਿਸ ਵਿੱਚ ਛੋਟੀਆਂ ਬੱਚੀਆਂ ਤੋਂ ਲੈ ਕੇ ਮਾਵਾਂ ਤੱਕ ਨੇ ਲੋਕ ਨ੍ਰਿੱਤਾਂ ਦੇ ਹਰ ਵਣਗੀ ਨੂੰ ਪੇਸ਼ ਕੀਤਾ ਤੇ ਖੂਬ ਧਮਾਲਾਂ ਵੀ ਪਾਈਆਂ। ਇਸ ਮੇਲੇ ਵਿੱਚ ਖਾਸ ਤੌਰ ਤੇ ਪਹੁੰਚੀ ਗਾਇਕਾ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਦੀ ਜੋੜੀ ਨੇ ਡੈਲਸ ਦੀਆਂ ਬੀਬੀਆਂ ਨੂੰ ਆਪਣੀ ਆਵਾਜ਼ ਨਾਲ ਕੀਲੀ ਰੱਖਿਆ ਅਤੇ ਆਪਣੀਆਂ ਬੋਲੀਆਂ ਤੇ ਖੂਬ ਨਚਾਇਆ। ਇਸ ਮੇਲੇ ਦੀ ਸਫਲਤਾ ਦਾ ਸਿਹਰਾ ਉਹਨਾਂ ਸਾਰੇ ਪ੍ਰਬੰਧਕਾਂ, ਦਰਸ਼ਕਾਂ, ਸਹਿਯੋਗੀਆਂ ਤੇ ਸਪੌਂਸਰਾਂ ਨੂੰ ਜਾਂਦਾ ਜਿਨ੍ਹਾਂ ਨੇ ਵੱਧ ਚੜ੍ਹ ਕੇ ਇਸ ਵਿੱਚ ਯੋਗਦਾਨ ਪਾਇਆ। ਹਰਜੋਤ ਸਿੰਘ ਢੇਸੀ ਨੇ ਦੱਸਿਆ ਕਿ ਡੈਲਸ ਵਿੱਚ ਹੱਸਦਾ ਪੰਜਾਬ ਕਿਸ ਤਰ੍ਹਾਂ ਪੰਜਾਬੀ ਵਿਰਸੇ ਦੀ ਸੰਭਾਲ ਕਰ ਰਿਹਾ। ਤੇਜਵੰਤ ਸਿੰਘ ਨੇ ਇਸ ਖੂਬਸੂਰਤ ਪਲਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕੀਤਾ। ਹੋਸਟਨ ਤੋਂ ਜਸਵੰਤ ਸਿੰਘ ਜੱਸੀ ਦੀ ਰਿਪੋਰਟ, ਗਲੋਬਲ ਪੰਜਾਬ ਟੀਵੀ। ਕੈਂਸਸ ਸਿਟੀ ਵਿੱਚ ਕੇਸੀ ਐਸੋਸੀਏਸ਼ਨ ਵੱਲੋਂ ਮਹਿਫਲੇ ਸਰਤਾਜ ਨਾਈਟ ਦਾ ਆਯੋਜਨ ਕੀਤਾ ਗਿਆ। ਇਸ ਨਾਈਟ ਮੌਕੇ ਸਤਿੰਦਰ ਸਰਤਾਜ ਵੱਲੋਂ ਆਪਣੀ ਨਵੇਕਲੀ ਗਾਇਕੀ ਦੇ ਨਾਲ ਖੂਬ ਰੰਗ ਵਿਖੇਰੇ ਗਏ। ਕੈਂਸਸ ਸਿਟੀ ਵਿੱਚ ਕੇਸੀ ਐਸੋਸੀਏਸ਼ਨ ਵੱਲੋਂ ਮਹਿਫਲੇ ਸਰਤਾਜ ਨਾਈਟ ਕਰਵਾਈ ਗਈ। ਇਸ ਨਾਈਟ ਤੋਂ ਇੱਕ ਦਿਨ ਪਹਿਲਾਂ ਮੀਟ ਗ੍ਰੀਟ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ, ਜਿੱਥੇ ਸਤਿੰਦਰ ਸਰਤਾਜ ਦਾ ਫੁੱਲਾਂ ਦੇ ਨਾਲ ਸਵਾਗਤ ਕੀਤਾ ਗਿਆ। ਮਹਿਫਲੇ ਸਰਤਾਜ ਨਾਈਟ ਇੱਕ ਬਹੁਤ ਵਧੀਆ ਅਤੇ ਪਰਿਵਾਰਕ ਸ਼ੋਅ ਹੋ ਨਿਬੜਿਆ, ਜਿਸ ਵਿੱਚ ਅਜ਼ੀਮ ਸ਼ਾਇਰ ਅਤੇ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਰੂਹਾਨੀ ਅੰਦਾਜ਼ ਦੇ ਨਾਲ ਸਰੋਤਿਆਂ ਨੂੰ ਬੰਨੀ ਰੱਖਿਆ। ਜਿੱਥੇ ਲੋਕ ਸਾਈਂ ਓ ਸਾਈਂ ਗੀਤ 'ਤੇ ਕੀਲੇ ਗਏ ਨਜ਼ਰ ਆਏ, ਉੱਥੇ ਹੀ ਅੱਧੀ ਕਿੱਕ 'ਤੇ ਸਟਾਰਟ ਮੇਰਾ ਯਾਮਾ ਗੀਤ 'ਤੇ ਡਾਂਸ ਕਰਦੇ ਵੀ ਦਿਖਾਈ ਦਿੱਤੇ। ਇਸ ਨਾਈਟ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਜਿਨ੍ਹਾਂ ਨੇ ਖੂਬ ਮਸਤੀ ਕੀਤੀ। ਇਸ ਮੌਕੇ 'ਤੇ ਅਰਵਿੰਦਰ ਸਿੰਘ ਵੱਲੋਂ ਆਏ ਸਰੋਤਿਆਂ ਅਤੇ ਸਪੌਂਸਰਸ ਦਾ ਧੰਨਵਾਦ ਵੀ ਕੀਤਾ ਗਿਆ। ਗਾਇਕ ਸਤਿੰਦਰ ਸਰਤਾਜ ਨੇ ਵੀ ਕੈਂਸਸ ਵੱਲੋਂ ਮਿਲੇ ਨਿੱਘੇ ਪਿਆਰ ਲਈ ਧੰਨਵਾਦ ਕੀਤਾ। ਬਹੁਤ ਹੀ ਖੁਸ਼ ਮਿਜ਼ਾਜੀ ਨਾਲ, ਖੂਬਸੂਰਤੀ ਨਾਲ ਇਹਨਾਂ ਨੇ ਸਾਡਾ ਇਸਤਕਬਾਲ ਕੀਤਾ ਜੀ। ਇਹਨੂੰ ਕਿਹਾ ਔਰ ਪੰਜਾਬੀਅਤ ਵਸਦੀ ਹੈ ਇੱਥੇ, ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਰੋਜ਼ਗਾਰ ਬਰਕਰਾਰ ਰਹਿਣ। ਕੈਂਸਸ ਸਿਟੀ ਤੋਂ ਪ੍ਰੀਤ ਮੋਹਿੰਦਰ ਸਮਰਾ ਦੀ ਰਿਪੋਰਟ, ਗਲੋਬਲ ਪੰਜਾਬ ਟੀਵੀ। ਸੈਕਰੋਮੈਂਟੋ ਦੇ ਸ਼ਹਿਰ ਨਟੋਮਸ ਵਿਖੇ ਨਟੋਮਸ ਤੀਆਂ ਦਾ ਤਿਉਹਾਰ ਤੀਜ ਦੇ ਮੇਲੇ ਦੇ ਰੂਪ ਵਿੱਚ ਮਨਾਇਆ ਗਿਆ, ਜਿੱਥੇ ਮੁਟਿਆਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਸੈਕਰਾਮੈਂਟੋ ਦੇ ਨਾਟੋਮਸ 'ਚ ਹੋਟਲ 4 Point ਸ਼ੇਰਟਨ ਵਿਖੇ 5ਵੀਆਂ ਸਾਲਾਨਾ ਨਾਟੋਮਸ ਤੀਆਂ ਦਾ ਤਿਉਹਾਰ ਤੀਜੇ ਮੇਲੇ ਦੇ ਰੂਪ ਦੇ ਵਿੱਚ ਮਨਾਇਆ ਗਿਆ, ਜਿਸ 'ਚ ਔਰਤਾਂ, ਮੁਟਿਆਰਾਂ ਤੀਆਂ ਦੀ ਵਿਰਾਸਤ ਕਾਇਮ ਰੱਖਦਿਆਂ ਮੁਟਿਆਰਾਂ ਅਤੇ ਬੱਚਿਆਂ ਸਮੇਤ ਬੰਨ ਸੰਵਰ ਕੇ ਪੂਰੇ ਉਤਸ਼ਾਹ ਦੇ ਨਾਲ ਪਹੁੰਚੀਆਂ। ਇਸ ਤੀਆਂ ਦੇ ਮੇਲੇ ਦਾ ਖਾਸ ਮਕਸਦ ਆਪਣੇ ਪੰਜਾਬੀ ਵਿਰਸੇ ਅਤੇ ਭਾਈਚਾਰੇ ਨੂੰ ਆਪਸ 'ਚ ਜੋੜ ਕੇ ਰੱਖਣ ਦੇ ਨਾਲ ਨਾਲ ਆਪਣੇ ਇੱਥੋਂ ਦੇ ਜੰਮਪਲ ਬੱਚਿਆਂ ਨੂੰ ਵੀ ਆਪਣੇ ਕਲਚਰ ਬਾਰੇ ਜਾਣਕਾਰੀ ਦੇਣਾ ਸੀ। ਮੇਲੇ 'ਚ ਵੱਡੀ ਗਿਣਤੀ 'ਚ ਪੰਜਾਬਣਾਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਭਾਗ ਲਿਆ। ਭੰਗੜੇ ਅਤੇ ਗਿੱਧੇ ਦੇ ਪ੍ਰੋਗਰਾਮ ਨੇ ਸਮੁੱਚੇ ਮਾਹੌਲ ਨੂੰ ਪੰਜਾਬੀ ਰੰਗ ਦੇ ਵਿੱਚ ਰੰਗ ਦਿੱਤਾ। ਪੰਜਾਬ ਦੇ ਵਿਰਸੇ ਵਿੱਚ ਹੌਲੀ ਹੌਲੀ ਇਹ ਤਿਉਹਾਰ ਅਲੋਪ ਹੁੰਦਾ ਜਾ ਰਿਹਾ ਹੈ। ਇਸ ਤਰ੍ਹਾਂ ਅਸੀਂ ਆਪਣੇ ਪੰਜਾਬੀ ਵਿਰਸੇ ਅਤੇ ਬੇਸ਼ਕੀਮਤੀ ਸੱਭਿਆਚਾਰ ਤੋਂ ਦਿਨ ਬ ਦਿਨ ਦੂਰ ਹੁੰਦੇ ਜਾ ਰਹੇ ਹਾਂ। ਲੋੜ ਹੈ ਅਜੋਕੀ ਪੀੜ੍ਹੀ ਨੂੰ ਆਪਣੇ ਵਿਰਸੇ ਨੂੰ ਸੰਭਾਲਣ ਅਤੇ ਸੱਭਿਆਚਾਰ ਦੇ ਨਾਲ ਜੁੜੇ ਰਹਿਣ ਦੀ। ਨਿਊਜ਼ ਡੈਸਕ ਤੋਂ ਅਰਸ਼ਦੀਪ ਸਿੰਘ ਦੇ ਨਾਲ ਸੈਕਰਾਮੈਂਟੋ ਤੋਂ ਜਗਦੇਵ ਪੰਡਾਲ ਦੀ ਰਿਪੋਰਟ।
30 ਮਿੰਟਸ ਦੇ ਇਸ ਸ਼ੋਅ ਵਿੱਚ ਅੱਜ ਤੱਕ ਲਈ ਸਿਰਫ ਇੰਨਾ ਹੀ। ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਖ਼ਬਰਾਂ ਦੇ ਨਾਲ। ਤਦ ਤੱਕ ਲਈ ਧੰਨਵਾਦ।